ਇੱਕ ਉਭਰਦਾ ਗਾਇਕ ਹੈ ਇਸ ਨਗਰ ਦਾ ਦੀਪ ਕਮਾਣਾ, ਉਹਦਾ ਵੀ ਵਿਸ਼ੇਸ਼ ਤੌਰ 'ਤੇ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨ ਹੋਣਾ ਸਾਡੇ ਭਰਾ ਦਾ ਅਤੇ ਸਰਪੰਚ ਗੁਰਮੀਤ ਸਿੰਘ ਜੀ ਹੋਣਾਂ ਦੀ ਸਮੁੱਚੀ ਟੀਮ ਦਾ ਵੀ ਵੱਡਾ ਧੰਨਵਾਦ ਹੈ। ਰਸ਼ਪਾਲ ਸਿੰਘ ਜੀ ਜੋ ਸਾਬਕਾ ਸਰਪੰਚ ਨੇ ਬੱਬਰਪੁਰ ਢਾਣੀ ਵਾਲੇ, ਚੇਅਰਮੈਨ ਸਾਹਿਬ ਉਹ ਵੀ ਵੱਡੀ ਸ਼ਿਰਕਤ ਕਰ ਰਹੇ ਨੇ ਜੀ ਆਇਆਂ ਨੂੰ, ਜ਼ਿਲ੍ਹਾ ਸਰਸਾ ਦੇਸੂ ਜੋਧਾ ਪਿੰਡ ਹੈ ਅਤੇ ਦੂਸਰੇ ਪਾਸੇ ਧਰੌਲਾ। ਮੈਂ ਬੇਨਤੀ ਕਰਦਾ ਪਰਮਜੀਤ ਡੋਗਰ ਨੂੰ ਬਿਫਲਾ ਮਾਰ ਦੇ ਵੀਰ ਜੀ, ਪਾਣੀ ਇਹਨਾਂ ਨੂੰ ਪਹਿਲਾਂ ਕਿਹਾ ਸੀ ਆਪਦੇ ਚੈੱਕ ਕਰ ਲਓ ਗਰਾਊਂਡ ਦੇ ਵਿੱਚ ਪੁੱਛਦਾ ਕਰ ਦਿਓ ਪਾਣੀ, ਲੈ ਵੀ ਦੀਪ ਅਗਲੀਆਂ ਟੀਮਾਂ ਨੂੰ ਸੱਦੇ ਦੇ ਦੇ ਕਿਉਂਕਿ ਕਮੈਂਟ ਮੇਰੀ ਬੇਨਤੀ ਹੈ ਪਹਿਲਾ ਰਾਊਂਡ ਹੈ, ਲੇਲ ਕਲਾਂ ਤੇ ਬੋੜਾਵਾਲ ਆ ਜਾਣ ਆਪਦੇ ਆ ਕੇ ਰੇਡਰ ਚੈੱਕ ਕਰ ਲੈਣ, ਬਾਅਦ ਦੇ ਵਿੱਚ ਰੇਡਰ ਨਹੀਂ ਚੈੱਕ ਹੋਣੀ, ਇਹ ਬੇਨਤੀ ਹੈ ਆ ਜਾਣ ਟੀਮਾਂ ਜਲਦੀ ਆ ਕੇ ਆਪਦੇ ਰੇਡਰ ਚੈੱਕ ਕਰ ਲੈਣ ਗਰਾਊਂਡ ਦੇ ਵਿੱਚ, ਬਾਅਦ ਦੇ ਵਿੱਚ ਕੋਈ ਰੇਡਰ ਨਹੀਂ ਚੈੱਕ ਹੋਵੇਗਾ। ਟੀਮ ਆ ਗਈ ਹੈ ਮੰਡੀ ਵਾਲੇ ਪਾਸੇ, ਧਨੌਲੇ ਮੰਡੀ ਦੀ ਟੀਮ ਜਿਹੜੀ ਆ ਗਈ ਹੈ ਤੇ ਦੂਜੇ ਪਾਸੇ ਟੀਮ ਚਲੀ ਗਈ ਹੈ ਦੇਸੂ ਜੋਧਾ ਪਿੰਡ ਆ ਡੱਬ ਵਾਲੀ ਦੇ ਲਾਗੇ ਹੈ ਟੀਮ, ਕਹਿੰਦੇ ਇਹ ਵੀ ਹਰਿਆਣੇ ਵਿੱਚੋਂ ਆਈ ਹੈ, ਲੋਕਾਂ ਦੇ ਗੇਜਾ ਹੈ ਦੇਸੂ ਜੋਧਾ ਪਿੰਡ ਹੈ, ਕਦੇ ਗੱਲਾਂ ਕਹਿੰਦੇ ਸਵਰਗਵਾਸੀ ਮੱਟੂ ਦੀਆਂ ਹੋਈਆਂ, ਲਾਧਲੇ ਪਾਸੇ ਗੇਜਾ ਕਬੱਡੀ ਪਰ ਹੈ ਚਾਰ ਯਾਫੀ ਹੈ ਸਕੀਮਾਂ ਕਰਦੇ ਹੈ, ਧਨੌਲੇ ਵਾਲਾ ਕਾਲਾ ਕਹਿੰਦੇ ਇਸ ਸਾਲ ਬੱਲੇ ਬੱਲੇ ਕਰਵਾ ਗਿਆ ਹੈ ਕਬੱਡੀ ਦੇ ਵਿੱਚ, ਬੱਲੇ ਬੱਲੇ ਕਰਵਾਈ ਹੈ, ਲਾਧਲੇ ਪਾਸੇ ਦੇਖਾਂਗੇ ਮੁੰਡਾ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ। ਧਨੌਲੇ ਦੇ ਕਾਲੇ ਦੇ ਕਹਿੰਦੇ ਕੈਨੇਡਾ ਦੇ ਵਿੱਚ 2 ਸੈਕਿੰਡ ਦੀ ਰੇਡ ਪਾਉਣ ਦਾ ਇੱਕ ਰਿਕਾਰਡ ਕਾਲੇ ਧਨੌਲੇ ਦੇ ਨਾਂ ਹੈ, ਕਾਲੇ ਧਨੌਲੇ ਨੇ 2 ਸੈਕਿੰਡ ਦੇ ਵਿੱਚ ਰੇਡ ਪਾਉਣ ਦਾ ਰਿਕਾਰਡ ਬਣਾਇਆ। ਬੱਚੇ ਬਾਰੇ ਬੋਲੀ ਮੈਡਮ, ਉਧਰ ਬੱਚਾ ਸਾਈਕਲ ਤੇ ਕਰਤੱਬ ਕਰ ਰਿਹਾ, ਤਾੜੀ ਜ਼ੋਰਦਾਰ ਮਾਰ ਦਿਓ, ਬੱਚਾ ਸਾਹਮਣੇ ਸਟੇਜ ਦੇ ਸਾਈਕਲ ਦੇ ਉੱਪਰ ਬਾਈ ਸਾਈਕਲ ਦੇ ਉੱਪਰ ਕਰਤੱਬ ਕਰ ਰਿਹਾ। ਲਓ ਕਹਿੰਦੇ ਫਤਿਹਗੜ੍ਹ ਛੰਨਾ ਪਿੰਡ ਹੈ ਧਨੌਲਾ ਮੰਡੀ ਦੇ ਲਾਗੇ, ਇਹ ਆ ਨੌਜਵਾਨ ਕਹਿੰਦੇ ਪੱਟੂ ਫਤਿਹਗੜ੍ਹ ਛੰਨਾ ਵਾਲਾ, ਇਹ ਭੂਰੀ ਇਹਦਾ ਵੀਰ ਵੀ ਖੇਡ ਕਬੱਡੀ ਦਾ ਤਕੜਾ ਰੇਡਰ ਹੈ, ਇਹ ਆਉਣ ਵਾਲੇ ਸਮੇਂ ਦੇ ਵੱਡੇ ਸਟਾਰ ਨੇ। ਇਸ ਨੌਜਵਾਨ ਦਾ ਰਾਤੀ ਦੇ ਲਾਗੇ ਕਹਿੰਦੇ ਖੂਨਣ ਪਿੰਡ ਹੈ, ਇਹ ਆ ਪ੍ਰਵਿੰਦਰ ਸਿੰਘ ਕਿ ਚੱਕੀ ਦੇ ਪੁੜ ਵਰਗੀਆਂ ਹਿੱਕਾ ਜਿਗਰੇ ਗਾਰਡਰ ਨੇ, ਜੂਝ ਜੂਝ ਕੇ ਹੰਧਿਆਂ ਦਾ ਟੱਚ ਕਰਦੇ ਵਾਰਡਰ ਨੇ, ਦੇਵੀ ਦਿਆਲ ਪ੍ਰੀਤਾ ਪ੍ਰੀਤਾ ਘੋਗਾ ਸ਼ੰਕਰ ਪਿੰਡ ਦਾ ਸੀ, ਤੋਖੀ ਬੋੜਾ ਦੇਵ ਆਟਾ ਵੀ ਪੂਰੀ ਹਿੜਦਾ ਸੀ, ਪਹਿਲੇ ਸਮਿਆਂ ਦੇ ਵਿੱਚ ਨਾ ਗੂੰਜਣੇ ਇਹਨਾਂ ਸਟਾਰਾਂ ਦੇ ਬਈ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਲੈ ਵੀ ਦੀਪ ਅਗਲੀਆਂ ਟੀਮਾਂ ਨੂੰ ਸੱਦੇ ਦੇ ਦੀ ਤਾਂ ਕਿ ਸਮੇਂ ਸਿਰ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜਣ। ਲੇਲ ਕਲਾਂ ਤੇ ਬੋੜਾਵਾਲ ਹੋਰਾ ਕਬੱਡੀ ਪਾ ਰਿਹਾ, ਲੇਲ ਕਲਾਂ ਤੇ ਬੋੜਾਵਾਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਲਾਗੇ ਪੁੱਜੀਆਂ, ਲੇਲ ਕਲਾਂ ਤੇ ਬੋੜਾਵਾਲ, ਲੋ ਗੋਰੇ ਦੀ ਕਬੱਡੀ ਹੈ, ਇੱਕ ਗੋਲੇ ਵਾਲੀਆਂ ਹੋਇਆ ਤੇ ਦੁਨੀਆਂ ਨੇ ਜੇਤੂ ਜਰਨੈਲ ਕਿਹਾ, ਇੱਕ ਕਹਿੰਦੇ ਭੈਣੀ ਪਿੰਡ ਦਾ ਗੋਰਾ, ਪਰਦਲੇ ਪਾਸੇ ਅੰਕ ਕਹਿੰਦੇ ਰੇਡਰ ਦਾ ਹੈ, ਆ ਗਿਆ ਗੇਜਾ ਕਬੱਡੀ ਪਾਉਣ ਦੇ ਲਈ, ਮੁੰਡਾ ਕਹਿੰਦੇ ਦੇਸੂ ਜੋਧੇ ਪਿੰਡ ਵਾਲਾ ਕਬੱਡੀ ਪਾ ਰਿਹਾ, ਅੱਜ ਕਮਾਣਿਆਂ ਦੀ ਧਰਤੀ ਹੈ ਤੇ ਬੜੇ ਵਧੀਆ ਪ੍ਰਬੰਧ ਕੀਤੇ ਆ ਭਰਾਵਾਂ ਨੇ, ਐਨ ਕਹਿੰਦੇ ਜਦ ਢਾਣੀ ਦੇ ਵਿੱਚ ਇਕੱਠੇ ਹੋਏ ਤਾਂ ਇਹਨਾਂ ਨੇ ਕਿਹਾ ਸੀ ਵੀ ਬੋਲ ਦਿਓ ਵੀ 28 ਤਰੀਕ ਆਉਣੀ ਹੈ ਕਮਾਣਿਆਂ ਦੇ ਮੇਲੇ ਦੀ, ਬੜਾ ਇੰਤਜ਼ਾਰ ਸੀ ਇਸ 28 ਤਰੀਕ ਦਾ, ਤੇ ਬਾਕੀ ਕਹਿੰਦੇ ਪਲੇਅਰ ਵੀ ਬੜੇ ਪੁੱਜੇ ਹੈ ਤੇ ਬਾਈਆਂ ਨੇ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਨੇ ਮਿਹਨਤ ਦਾ ਮੁੱਲ ਪਾਇਆ, ਸੀਰਾ ਪੈਥੋ ਵਾਲਾ ਗੇੜਾ ਲਾ ਰਿਹਾ ਤੇ ਵੱਧ ਤੋਂ ਵੱਧ ਮਾਣ ਕਰਨਾ ਹੈ, ਲਾ ਗਿਆ ਮੁੰਡਾ ਕਬੱਡੀ। ਉਧਰ ਰਾਣਾ ਐਂਡ ਦੀਪ ਇੰਟਰਟੇਨਮੈਂਟ ਇਹਨਾਂ ਭਰਾਵਾਂ ਦਾ ਵੀ ਵੱਡਾ ਧੰਨਵਾਦ ਹੈ, ਤੇ ਨਾਲ ਦੀਪ ਇਲੈਕਟ੍ਰਿਕ ਸਟੋਰ ਇਹਨਾਂ ਭਰਾਵਾਂ ਦਾ ਵੀ ਵੱਡਾ ਧੰਨਵਾਦ, ਨਾਲ ਕਿਸਾਨ ਟ੍ਰੇਨਿੰਗ ਕੰਪਨੀ ਕਮਾਣਾ ਦੇ ਸਿਕੰਦਰ ਸਿੰਘ ਜੀ ਤੇ ਕਮਾਣਾ ਟ੍ਰੇਨਿੰਗ ਕੰਪਨੀ ਰਤੀਆ ਦੇ ਹਰਪਾਲ ਸਿੰਘ ਜੀ, ਅੱਜ ਵੱਡਾ ਮਾਣ ਨੇ ਸਾਡੇ ਵੀਰ ਸਾਹਮਣੇ, ਇਹ ਆ ਨੌਜਵਾਨ ਫਤਿਹਗੜ੍ਹ ਛੰਨਾ ਵਾਲਾ, ਕਹਿੰਦੇ ਇੱਕ ਫਤਿਹਗੜ੍ਹ ਛੰਨਾ ਪਾਲੀ ਦਾ ਪਿੰਡ ਹੈ ਜ਼ਿਲ੍ਹਾ ਪਟਿਆਲਾ ਦਾ, ਪਾਲੇ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈ ਧਨੌਲਾ ਮੰਡੀ ਦੇ ਲਾਗੇ, ਇਹ ਕਹਿੰਦੇ ਕਦੇ ਦੇ ਟੂਰਨਾਮੈਂਟ ਦੀ ਬੈਸਟ ਟੀਮ ਹੈ, ਲਾਓ ਫਤਿਹਗੜ੍ਹ ਛੰਨਾ, ਲਾਓ ਇਧਰਲੇ ਪਾਸੇ ਹਰਿਆਣੇ ਵਾਲਾ ਕਬੱਡੀ ਪਾ ਰਿਹਾ, ਇੱਕ ਪਾਸੇ ਪੰਜਾਬ ਵਾਲਾ, ਹਰਿਆਣੇ ਵਾਲਾ, ਹਰਿਆਣਾ ਪੰਜਾਬ ਹੈ, ਪੰਜਾਬ ਹੈ ਹਰਿਆਣਾ, ਬੱਲੇ 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 ਬੱਲੇ, ਗੁਰਵਿੰਦਰ ਸਿੰਘ ਇਸ ਵੇ ਲਾ ਲਾ ਕੇ ਸੁੱਟਦਾ ਆਪਣੀ ਟੀਮ ਦੇ ਲਈ ਨੰਬਰ ਤੇ ਬੋੜਾਵਾਲ ਦੀਆਂ ਟੀਮਾਂ ਕਾਲਵਨ ਤੇ ਅਲੀਕਾ ਡੱਬ ਵਾਲੀ, ਕਾਂਜਲਾ ਤੇ ਰੂੜੇ ਕੇਕਲ, ਬਾਪਰ ਤੇ ਤਤਾਲ ਦੀਆਂ ਟੀਮਾਂ ਇਹ ਗਰਾਊਂਡ ਦੇ ਲਾਗੇ ਪੁੱਜੀਆਂ, ਸਾਡੀ ਬੇਨਤੀ ਹੈ ਕੌਣ ਹੈ, ਇਹ ਕਹਿੰਦੇ ਅੰਮ੍ਰਿਤ ਹੈ, ਕੁਸਲਾ ਪਿੰਡ ਹੈ, ਕੁਸਲੇ ਪਿੰਡ ਦਾ ਅੰਮ੍ਰਿਤ ਹੈ, ਇੱਥੋਂ ਦਾ ਸਵਰਗਵਾਸੀ ਅਮਰੀਕ ਭੱਟੀ ਇਸ ਦੁਨੀਆਂ ਤੇ ਨਹੀਂ ਰਿਹਾ, ਲਾ ਉਹਦੇ ਪਿੰਡ ਦਾ ਖਿਡਾਰੀ ਹੈ, ਤਾਂ ਕਹਿੰਦੇ ਕੁਸਲੇ ਵਾਲੇ ਨੇ ਦੇਸੂ ਜੋਧੇ ਦੀ ਟੀਮ ਦੇ ਲਈ ਜੁੜਿਆ ਹੈ ਕਿ ਇੱਕੋ ਅੰਮ੍ਰਿਤ ਦੀ ਬੂੰਦ ਹੀ ਕਾਫੀ ਹੁੰਦੀ, ਅੱਗ ਬੁਝਾਵਣ ਲਈ ਇੱਕੋ ਹੀ ਸਿਰ ਹੀ ਕਾਫੀ ਹੁੰਦਾ ਕੌਮ ਜਗਾਵਣ ਲਈ,
ਲੱਖਾਂ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਹੈ, ਮੇਰਾ ਪਿਆਰ ਪੰਜਾਬੀ ਹੈ, ਉਹ ਮੇਰਾ ਯਾਰ ਪੰਜਾਬੀ ਹੈ। ਜ਼ਿਲ੍ਹਾ ਸਰਸਾ ਦੇ ਦੇਸੂ ਜੋਧੇ ਪਿੰਡ ਦਾ ਮੱਟੂ ਦੇ ਪਿੰਡ ਦਾ ਖਿਡਾਰੀ ਇਹ ਆ ਗੱਜ ਗੇਜਾ ਤਜਰਬੇ ਕਰ ਖਿਡਾਰੀ ਖੇਡ ਕਬੱਡੀ ਦਾ ਇੱਕ ਪਾਸੇ ਧਨੌਲੇ ਵਾਲੇ ਚਾਰ ਮੰਨੇ ਪ੍ਰਮੰਨੇ ਮਾਸਟਰ ਜਾਗਰ ਦੇ ਪਿੰਡ ਦੇ ਕੌਣ ਲਾਓ ਜਫਾ ਅੱਗੇ ਵੱਧ ਕੇ ਬੋਲੇ ਹੋਏ ਧਾਵੇ ਨੂੰ ਕੌਣ ਠੱਲਣ ਦੀ ਕੋਸ਼ਿਸ਼ ਕਰਦਾ ਹੈ। ਲਓ ਨੰਬਰ ਗੇਜਾ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਤੁਸੀਂ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ। ਲਓ ਪੱਟੂ ਦੀ ਗ੍ਰੇਡ ਤੇ ਗੱਲ ਦੀਪ ਨਥੇਹੇ ਵਾਲਾ ਪੱਟੂ ਕਹਿੰਦੇ ਛੰਨਾ ਪਿੰਡ ਹੈ ਇਹ ਕਹਿੰਦੇ ਧੌਲੇ ਦੇ ਏਰੀਏ ਦਾ ਖਿਡਾਰੀ ਹੈ ਕੱਲ ਕਹਿੰਦੇ ਪੱਖੋ ਦੇ ਵਿੱਚ ਵੀ ਬੱਲੇ ਬੱਲੇ ਕਰਵਾਈਆਂ ਸਮੁੰਡੇ ਨੇ ਇੱਕ ਪਾਸੇ ਮਾਸਟਰ ਹੈ ਪਰ ਕਹਿੰਦੇ ਹਾਂ ਕਪੜੀ ਟੀਮ ਦੇ ਲਈ ਜੁੜਿਆ ਖੂਨਣ ਪਿੰਡ ਵਾਲਾ ਆ ਗਿਆ ਮੁੰਡਾ ਕਬੱਡੀ ਪਾਉਣ ਦੇ ਲਈ ਗੁਰਵਿੰਦਰ ਹੈ ਖੂਨਣ ਪਿੰਡ ਵਾਲਾ ਚਾਰ ਆਫੀ ਹੈ ਕਹਿੰਦੇ ਧਨੌਲੇ ਪਿੰਡ ਦੇ ਹੈ ਕਾਲੇ ਦੇ ਗ੍ਰਾਈ ਹੈ ਕਿ ਆਪਣੇ ਗ੍ਰਾਈ ਕੋਲੋਂ ਹਾਲ ਪੁੱਛਾਂ ਪਿੰਡ ਦਾ ਤੇ ਮਰ ਜਾਣੇ ਮਨ ਕਿਉਂ ਪੰਜਾਬ ਜਾਂਦਾ ਖਿੰਡ ਦਾ ਕਦੇ ਕਿਸੇ ਰਾਵੀ ਕੋਲੋਂ ਵੱਖ ਨਾ ਚਨਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ। ਲੇਲ ਕਲਾਨੀ ਟੀਮ ਪੁੱਜ ਗਈ ਹੈ ਤੇ ਦੂਸਰੀ ਟੀਮ ਕਿਹੜੀ ਆ ਵੀਰ ਦੀਪ ਜੀ ਸੱਦੇ ਦਿਓ ਬੋੜਾਵਾਲ ਦੀ ਟੀਮ ਜਲਦੀ ਪੁੱਜੇ ਬੋੜਾਵਾਲ ਬੋੜਾਵਾਲ ਵੀ ਪੁੱਜ ਗਈ ਹੈ ਤੇ ਅਗਲਾ ਮੈਚ ਲੇਲ ਕਲਾਨੀ ਟੀਮ ਇਹਨਾਂ ਨੂੰ ਕਹਿ ਦੇ ਵੀ ਰੇਡਰ ਚੈੱਕ ਕਰ ਲਓ ਬਾਅਦ ਦੇ ਵਿੱਚ ਰੇਡਰ ਨਹੀਂ ਚੈੱਕ ਹੋਣਾ ਵੀਰ ਜੀ ਕੱਪੜੇ ਲਾ ਕੇ ਬਾਹਰ ਹੀ ਆਪਣੇ ਰੇਡਰ ਦੋਨੋਂ ਟੀਮਾਂ ਦੇ ਖਿਡਾਰੀ ਚੈੱਕ ਕਰ ਲੈਣ ਲੈ ਵੀ ਜਾਦੂ ਆਪਾਂ ਸਮਾਂ ਖਰਾਬ ਨਹੀਂ ਕਰਨਾ ਦਰਸ਼ਕਾਂ ਦਾ ਵਧੀਆ ਐਂਟਰਟੇਨਮੈਂਟ ਕਰਨਾ ਇਹ ਆ ਕਹਿੰਦੇ ਜੋਧਪੁਰ ਵਾਲਾ ਇਹ ਆ ਨੌਜਵਾਨ ਗੋਰਾ ਜਿੱਥੋਂ ਦਾ ਫੌਜੀ ਕਹਿੰਦੇ ਕੈਨੇਡਾ ਜਾ ਵਸਿਆ ਮੇਰੇ ਵੀਰਿਓ ਲਓ ਜਿੱਥੋਂ ਦੇ ਕਾਕੇ ਵਰਗੇ ਮੰਨੇ ਪ੍ਰਮੰਨੇ ਖਿਡਾਰੀ ਉੱਧਰ ਡਾਕਟਰ ਅਵਤਾਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕੱਲ੍ਹ ਤੋਂ ਲੈ ਕੇ ਮੈਡੀਕਲ ਸੇਵਾ ਕਰ ਰਹੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਡਾਕਟਰ ਅਵਤਾਰ ਸਿੰਘ ਜੀ ਲਾਗੇ ਜੇ ਦੀ ਕਬੱਡੀ ਹੈ ਦੇਸੂ ਜੋਧਾ ਪਿੰਡ ਹੈ ਡੱਬਵਾਲੀ ਦੇ ਲਾਗੇ ਹੈ ਇਹ ਗੇਜਾ ਭੱਜਿਆ ਤੇ ਆਪਣੀ ਟੀਮ ਦੇ ਲਈ ਜੁੜ ਗਿਆ ਮੈਚ ਹੋ ਗਿਆ ਸਮਾਪਤ ਦੇਸੂ ਜੋਧਾ ਦੇਸੂ ਜੋਧਾ ਜਿੱਤ ਗਿਆ ਨਵਜੋਤ ਕੌਰ ਲੰਬੀ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜਣ ਜਾ ਰਹੇ ਨੇ ਨਵਜੋਤ ਕੌਰ ਜੀ ਲੰਬੀ ਬਹੁਤ ਜਲਦ ਬੋਹਾ ਪੁੱਜ ਗਏ ਨੇ ਬਹੁਤ ਜਲਦ ਇਹਨਾਂ ਖੇਡਾਂ ਦੇ ਵਿੱਚ ਸ਼ਿਰਕਤ ਕਰਨਗੇ ਨਾਲ ਹੀ ਟੀਮ ਕਾਲਵਣ ਤੇ ਅਲੀਕਾ ਡੱਬ ਵਾਲੀ ਗਰਾਊਂਡ ਦੇ ਲਾਗੇ ਪੁੱਜਣ ਕਾਲਵਣ ਤੇ ਅਲੀਕਾ ਡੱਬ ਵਾਲੀ ਦੀਆਂ ਟੀਮਾਂ ਕਾਂਜਲਾ ਤੇ ਰੂੜੇ ਕੇਕਲ ਬਾਬਰ ਤੇ ਦਤਾਲ ਦੀਆਂ ਟੀਮਾਂ ਕਹਿੰਦੇ ਗੁਲਾਬ ਸਿੰਘ ਬੱਲਰਿਆਂ ਵਾਲਾ ਪੁੱਜ ਰਿਹਾ ਪਿਰਤਵਾਲ ਕਹਿੰਦਾ ਵੀ ਗੁਲਾਬ ਪੂਰਨ ਵੀ ਦੀਵਾਨਾ ਦੀ ਖੇਡਦਾ